ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ ਜਿੱਥੇ ਉਹਨਾਂ ਕੇਂਦਰ ਸਰਕਾਰ ਉੱਪਰ ਗੰਭੀਰ ਇਲਜ਼ਾਮ ਲਗਾਏ ਤੇ ਕਿਹਾ ਕਿ ਭਾਜਪਾ ਸਰਕਾਰ ਵੱਲੋਂ ਜਲ੍ਹਿਆਂਵਾਲੇ ਬਾਗ ਨੂੰ ਪ੍ਰਾਈਵੇਟ ਕੰਪਨੀ ਨੂੰ ਸੌਂਪਣ ਦੀ ਤਿਆਰੀ ਕੀਤੀ ਜਾ ਰਹੀ ਹੈ ਜਿਸ ਦਾ ਉਹ ਵਿਰੋਧ ਕਰਨਗੇ। ਇਸ ਮੌਕੇ ਉਹਨਾਂ ਆਖਿਆ ਕਿ ਅਜਿਹਾ ਫੈਸਲਾ ਪੰਜਾਬੀਆਂ ਨੂੰ ਨਾਮਨਜ਼ੂਰ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਲਈ ਵਿੱਤੀ ਸਹਾਇਤਾ ਕਰਨ ਤੋਂ ਕੇਂਦਰ ਸਰਕਾਰ ਨੇ ਹੱਥ ਖੜੇ ਕਰ ਦਿੱਤੇ ਨੇ। ਇਹ ਇਲਜ਼ਾਮ ਵੀ ਨਵਜੋਤ ਸਿੰਘ ਸਿੱਧੂ ਵੱਲੋਂ ਲਗਾਇਆ ਗਿਆ। ਜਲ੍ਹਿਆਂਵਾਲਾ ਬਾਗ ਔਰ ਬਾਬਾ ਨਾਨਕ ਦਾ ਜਿਹੜਾ ਸੈਲੀਬ੍ਰੇਸ਼ਨ ਹੈ ਸਾਡੇ ਲਈ, ਉਸ ਤੋਂ ਵੱਡਾ ਕੁਛ ਨਹੀਂ ਹੈ। ਇਹਦੇ ਵਿੱਚ ਲਾਸਟ ਪੈਸੇ ਜਿਹੜੇ ਆਏ ਸੀਗੇ 7 ਕਰੋੜ ਰੁਪਈਆ 761, ਇਹ 2010 'ਚ ਆਏ ਸੀ, 2010। ਹੁਣ ਅਸੀਂ ਗਵਰਨਮੈਂਟ ਆਫ ਇੰਡੀਆ ਕੋਲ ਲੈ ਕੇ ਗਏ ਸੀਗੇ 100 ਕਰੋੜ ਦੇ ਵਿੱਚੋਂ ਅਸੀਂ 8 ਕਰੋੜ ਰੁਪਈਆ VRS ਦਾ ਪਵਾਇਆ ਜਲ੍ਹਿਆਂਵਾਲੇ ਬਾਗ। ਨਹੀਂ, 8 ਕਰੋੜ, ਸਿਰਫ 8 ਕਰੋੜ ਸਵਦੇਸ਼ ਦਰਸ਼ਨ 'ਚ। 20 ਕਰੋੜ ਦੀ ਅਸੀਂ ਡਿਮਾਂਡ ਭੇਜੀ ਹੈ ਪ੍ਰਸਾਦ ਦੇ ਵਿੱਚ, ਪ੍ਰਸਾਦ ਸਕੀਮ ਦੇ ਵਿੱਚ। ਇਸ਼ੂ ਕੀ ਹੈ ਕਿ ਪਿਛਲੇ 10 ਸਾਲਾਂ ਤੋਂ, 2008 'ਚ ਆਏ ਸੀ ਲਾਸਟ ਪੈਸੇ, ਪਿਛਲੇ 8-9 ਸਾਲਾਂ ਤੋਂ ਕੋਈ ਪੈਸਾ ਨਹੀਂ ਲੱਗਿਆ, ਪੰਜੀ ਨਹੀਂ ਲੱਗੀ ਜਲ੍ਹਿਆਂਵਾਲੇ ਬਾਗ ਦੇ ਵਿੱਚ, ਪੰਜੀ ਨਹੀਂ ਲੱਗੀ, ਰਾਈਟ। ਅਸੀਂ 20 ਕਰੋੜ ਦੀ ਇੱਕ ਡਿਮਾਂਡ ਦਿੱਤੀ ਹੈ ਅਤੇ 8 ਕਰੋੜ ਲੈ ਆਏ ਹਾਂ ਗਵਰਨਮੈਂਟ ਆਫ ਇੰਡੀਆ ਤੋਂ। ਇਸ਼ੂ ਇਹ ਹੈ ਕਿ ਉਹ ਜਿਹੜਾ ਹੈਗਾ ਟਰੱਸਟ ਦੇ ਥੱਲੇ ਹੈ, ਇਟ ਇਜ਼ ਰਨ ਬਾਏ ਅ ਟਰੱਸਟ ਵਿਚ ਇਜ਼ ਹੈਡਡ ਬਾਏ ਦੀ ਆਨਰੇਬਲ ਪ੍ਰਾਈਮ ਮਿਨਿਸਟਰ। ਦੇਰ ਆਰ 5-6 ਵੈਰੀ ਇੰਪੋਰਟੈਂਟ ਡਿਗਨਿਟਰੀਜ਼ ਐਂਡ ਦੀ ਚੀਫ ਮਿਨਿਸਟਰ ਪੰਜਾਬ ਇਜ਼ ਆਲਸੋ ਪਾਰਟ ਐਂਡ ਪਾਰਸਲ ਆਫ ਦੈਟ। ਹੁਣ ਪੈਸੇ ਸਾਡੇ ਕੋਲ ਨੇ, ਪਰਮਿਸ਼ਨ ਦੇ ਲਈ ਅਸੀਂ ਚਿੱਠੀ ਲਿਖੀ ਹੋਈ ਹੈ, ਸਾਨੂੰ 2 ਮਹੀਨੇ ਹੋ ਗਏ ਚਿੱਠੀ ਲਿਖੇ, ਨਾ ਤਾਂ ਪਰਮਿਸ਼ਨ ਦਿੰਦੇ ਹੈ, ਨਾ ਤਾਂ ਪੈਸੇ ਲਾਣ ਦਿੰਦੇ ਹੈ, ਨਾ ਟਰੱਸਟੀ ਬਣਾ ਕੇ ਆਪ ਲਵਾਉਂਦੇ ਹੈ। ਮਹੀਨੇ ਰਹਿ ਗਏ, 6 ਵੀ ਨਹੀਂ ਰਹੇ, 6 ਮਹੀਨੇ ਵੀ ਨਹੀਂ ਰਹੇ ਭਾਈ। ਜਾਂ ਤਾਂ ਸਾਨੂੰ ਪੈਸੇ ਲਾਣ ਦੇਣ, ਸਾਡੇ ਕੋਲ ਪੈਸੇ ਹੈਗੇ ਹੈ ਰੈਨੋਵੇਸ਼ਨ ਲਈ, 2-5 ਸਾਲ ਮਨਾਉਣਾ ਹੈ, ਲਾਈਟ ਐਂਡ ਸਾਊਂਡ ਹੈ, ਅਸੀਂ ਉਹ 'ਤੇ 20-30 ਕਰੋੜ ਰੁਪਈਆ ਲਾਉਣਾ ਚਾਹੁੰਦੇ ਹਾਂ। 10 ਕਰੋੜ ਰੁਪਈਏ ਸਰਕਾਰ ਪਹਿਲਾਂ ਹੀ ਅਨਾਊਂਸ ਕਰ ਚੁੱਕੀ ਹੈ। ਅਸੀਂ ਲਿਖ ਕੇ ਭੇਜਿਆ ਸੀਗਾ ਵੀ ਸਾਨੂੰ ਅਡੋਪਟ ਹੈਰੀਟੇਜ ਗਵਰਨਮੈਂਟ ਨੇ ਲਿਖਿਆ ਵੀ ਕਿਹੜੀਆਂ ਤੁਸੀਂ ਅਡੋਪਟ ਕਰਨੀਆਂ ਚਾਹੁੰਦੇ ਹੋ, ਵੀ ਕਿਸੇ ਕਾਰਪੋਰੇਟ ਤੋਂ ਅਡੋਪਟ ਕਰਾ ਦੇਵਾਂਗੇ, CSR ਲਵਾ ਦੇਵਾਂਗੇ, ਠੀਕ ਹੈ ਜੀ। ਅਸੀਂ 5-4 ਨਾਮ ਲਿਖ ਕੇ ਭੇਜਦੇ ਸੀ, ਉਹ ਜਲ੍ਹਿਆਂਵਾਲਾ ਬਾਗ ਦਾ ਵੀ ਨਾਂ ਹੈ। ਹੁਣ ਪਤਾ ਲੱਗਦਾ ਪਿਛਲੇ 2-4 ਮਹੀਨੇ ਪਹਿਲਾਂ ਲਾਲ ਕਿਲਾ ਦਿੱਤਾ ਇਹਨਾਂ ਨੇ, ਕੰਟਰੈਕਟ 'ਤੇ ਦਿੱਤਾ। ਵੀ ਓਬਜੈਕਟ ਟੂ ਦੈਟ। ਕੱਲ੍ਹ ਨੂੰ ਕੋਈ ਕਹੇ ਜੀ ਵੀ 40 ਕਰੋੜ ਦੇ ਵਿੱਚ ਅਸੀਂ ਜਲ੍ਹਿਆਂਵਾਲਾ ਬਾਗ ਦੇਤਾ ਕੰਟਰੈਕਟ ਦੇ ਉੱਤੇ, ਤਾਂ ਪੰਜੀ ਨਹੀਂ ਲਾਉਣ ਦਿੰਦੇ ਅਸੀਂ ਇੱਦਾਂ, ਜਦੋਂ ਸਾਡੇ ਕੋਲ ਆਪਦੇ ਕੋਲ ਪੈਸੇ ਹੈਗੇ ਹੈ। ਵਾਈ ਵਿਲ ਵੀ ਅਲਾਓ ਅਗਲਾ ਕੋਈ ਫੱਟੀ ਲਾਊ, ਕੋਈ ਪਲਾਕ ਲਾਊ, ਇਹ ਮਨਜ਼ੂਰ ਹੀ ਨਹੀਂ ਸਾਨੂੰ। ਇਹ ਨਹੀਂ ਹੈ ਵੀ ਲਾਲ ਕਿਲੇ ਵਾਂਗ ਤੁਸੀਂ ਕਹੋ ਵੀ 4 ਸਾਲ ਦਾ ਅਸੀਂ ਕੰਟਰੈਕਟ ਦਿੱਤਾ 5 ਸਾਲ ਦਾ, ਅਤੇ 25 ਰੁਪਏ ਦੀ ਥਾਂ 'ਤੇ 40 ਰੁਪਈਏ ਟਿਕਟ ਲੱਗੂਗੀ, ਅਤੇ ਉਹ ਠੇਕਾ ਉਹੀ ਮੇਨਟੇਨ ਕਰਨਗੇ, ਅਸੀਂ ਮੰਨਣਾ ਨਹੀਂ, ਫਿਰ ਮੈਂ ਸਿਰ ਧੜ ਦੀ ਬਾਜ਼ੀ ਲਾਊਂ।
ਨਜਾਲ ਕੀ ਹੈ ਕੋਈ ਫਟਕ ਜਾਵੇ, ਇਹ ਨਹੀਂ ਅਸੀਂ ਕਰਨ ਦੇਣਾ। 550ਵਾਂ ਬਰਥ ਐਨਵਰਸਰੀ, ਪਹਿਲੀ ਗੱਲ ਤਾਂ ਉਹ ਇਹੀ ਨਹੀਂ ਸਮਝ ਸਕੇ ਕਿ ਬਰਥ ਐਨਵਰਸਰੀ ਜਿਹੜੀ ਹੈਗੀ ਹੈ ਉਹ 15 ਨਵੰਬਰ ਨੂੰ ਹੁੰਦੀ ਹੈ। ਹਾਂਜੀ ਉਹਦੇ ਹੈਂਜੀ ਕੋਈ ਗੱਲ ਨਹੀਂ, ਦੇ ਵੀ ਉੱਧਰ ਦੇ ਦੇ ਉੱਧਰ ਦੇ ਦੇ ਕਾਕਾ। ਪਹਿਲੀ ਗੱਲ ਤਾਂ ਉਹਨਾਂ ਨੂੰ ਇਹ ਨਹੀਂ ਪਤਾ ਕਿ 15 ਨਵੰਬਰ ਨੂੰ ਬਾਬਾ ਜੀ ਦੀ ਇਹ ਨਵੰਬਰ 'ਚ ਸਰ, ਉਹਨਾਂ ਨੇ 13 ਅਪ੍ਰੈਲ ਦੇ ਨਾਲ ਹੀ ਕਲੱਬ ਕੀਤੀ ਹੋਈ ਹੈ, ਇਹਨੂੰ 15 ਅਪ੍ਰੈਲ 'ਚ ਪਾਤਾ। ਹੁਣ ਇੰਨਾ ਕੁ ਤਾਂ ਪਤਾ ਹੋਣਾ ਚਾਹੀਦਾ ਕਿ ਬਾਬਾ ਜੀ ਦਾ ਜਨਮ ਕਦੋਂ ਹੋਇਆ, ਕੀ ਹੈ ਇਹ ਤਾਂ ਹੋਣਾ। ਉਹਦੇ 'ਚ ਇਹ ਲਿਖਿਆ CM ਸਾਹਿਬ ਦੀ ਡਿਮਾਂਡ ਸੀਗੀ 2145 ਕਰੋੜ ਦੀ, ਉਹ ਰਿਜੈਕਟ ਕਰਤੀ ਟੋਟਲੀ। ਔਰ ਜੇ ਥੱਲੇ ਲਿਖਿਆ ਤਾਂ ਸਾਡੇ ਕੋਲ ਤਾਂ ਸਾਰੇ ਇੰਡੀਆ ਲਈ 100 ਕਰੋੜ ਹੈ, ਔਰ ਉਹ 100 ਕਰੋੜ ਦੇ ਵਿੱਚੋਂ 35 ਖਰਚ ਹੋ ਗਿਆ, 65 ਰਹਿ ਗਿਆ। ਮੈਂ ਮਨਿਸਟਰ ਸਾਹਿਬ ਨੂੰ ਪੁੱਛਿਆ, ਮਨਿਸਟਰ ਸਾਹਿਬ ਕਹਿੰਦੇ ਜ਼ਰੂਰ ਜਨਮ ਦਿਨ ਮਨਾਇਆ ਜਾਏਗਾ,